अच्छा सुनो, सब्सक्राइब करते वक्त ना घंटी बजा देना, ताकि जब मैं ऑनलाइन आऊँ तो तुम्हारे फोन की भी घंटी बजे। अपनी बोली अपना मुर्गा, पक पक दीपक दे नाल सुनो मिर्ची मुर्गा। हेलो जी, मेरी गल हो रही है? हाँ जी सर, राहुल ने तुहानू सब कुछ दसता होना है। हॉट समर पार्टी बारे? हां जी। राहुल ने क्लियर करता सी ना कि पार्टी किस तरह दी है? उन्हें तो ने पाजी दसया ही कि पार्टी जो भाई वो चल जांदी है ना पेकियां नु, ते बाद जो मुंडे-वंडियां दी पार्टी अरेंज हुंदी है। बस ते थोड़ा जिहा तुसी भी सानू दस दो डिटेल च। बस डिटेल यही है जी, पार्टी अरेंज करी दी है। अच्छा, टेंशन वाली कोई गल नहीं हैगी, सारी जिम्मेवारी साडी है, तुसी बस अपना एंजॉय करना। जिद्दां उन्हें कहा सी भाई पूल पार्टी अरेंज हुंदी है, ओदे बारे दसो ना मेनू। सुनो फिर, ए ना जी जेड़ा पैकेज हैगा ए, हां जी, ए एकदम सिक्योर है। अच्छा जी, मतलब कोई एदा रोले वाला काम नहीं हैगा। अच्छा जी, तुहाडे नाम जेड़े आ ओ गोपनीय रखे जांदे आ। अच्छा जी, ते शाम नू असीं करदे आ पूल पार्टी। अच्छा जी, ठीक है जी, समझ रहे हो ना। पूल पार्टी जी कला डांस भी चलू जां कुछ नहीं होर? तुसीं ओते गिद्दा पा लियो जी। ਗਿੱਧਾ ਤਾਂ ਨਹੀਂ ਪਾਉਂਦੇ ਭਾਜੀ। ਚਲੋ ਠੀਕ ਭਾਜੀ, ਚਾਰਜਿਸ ਕੀ ਆ? ਚਾਰਜਿਸ ਇਹਦੇ ਬਸ 15,000 ਰੁਪਇਆ ਖਰਚਣਾ ਪਏਗਾ। ਟੋਟਲ ਬੰਦੇ ਕਿੰਨੇ ਹੁੰਦੇ ਭਾਜੀ? ਬੰਦੇ ਭਾਜੀ 15-20 ਹੁੰਦੇ ਆ, ਪਰ ਹੁੰਦੇ ਸਾਰੇ VVIP ਜਲੰਧਰ ਦੇ ਭਾਜੀ। ਹੋਰ ਵੀ ਆ ਕੋਈ? ਹਾਂਜੀ 12-13 ਬੰਦੇ ਜਲੰਧਰ ਦੇ ਆ ਜੀ, ਇੱਕ ਪਟਿਆਲੇ ਤੋਂ ਹੈ ਅਮਰਪਾਲ ਜੀ, ਤੇ ਇੱਕ ਲੁਧਿਆਣੇ ਤੋਂ ਹੈ ਗੁਪਤਾ ਜੀ। ਗੁਪਤਾ ਲੁਧਿਆਣੇ ਤੋਂ? ਹਾਂਜੀ। ਅੱਛਾ ਜੀ, ਕਿਉਂ ਕੀ ਹੋਇਆ? ਕੁਛ ਨੀ, ਬਸ ਮੇਰੇ ਉਹ ਜੀਜੇ ਦਾ ਵੀ ਨਾਂ ਸੀਗਾ ਨਾ ਗੁਪਤਾ ਲੁਧਿਆਣੇ ਤੋਂ, ਮੈਂ ਸ਼ਾਇਦ ਉਹੀ ਬੁੱਕ ਕਰ ਲਿਆ ਹੋਵੇ। ਨਹੀਂ ਨਹੀਂ, ਇਹ ਤੇ ਸਾਡੇ ਪਰਮਾਨੈਂਟ ਗਾਹਕ ਹੈ ਜੀ, ਇਹਨਾਂ ਦਾ ਆ ਰਿਹਾ ਲੁਧਿਆਣੇ। ਕਿੱਥੇ ਗਏ ਯਾਰ? ਜਿਹੜਾ ਤੁਸੀਂ ਦੱਸਦੇ ਨਾ ਆ ਰਿਹਾ ਲੁਧਿਆਣੇ ਜੀ। ਅੱਛਾ ਜੀ, ਉੱਥੇ ਅਗਰ ਗਲੀ ਨੰਬਰ 7 ਚ ਹੈ ਜੀ। ਗਲੀ ਨੰਬਰ 7? ਹਾਂਜੀ। ਓਹੋ, ਉਹ ਤਾਂ ਮੇਰਾ ਜੀਜਾ ਵੀ ਯਾਰ ਬੁੱਕ ਕਰਕੇ ਬੈਠਾ। ਇਹ ਗੁਪਤਾ ਜੀ ਤੁਹਾਡੇ ਜੀਜਾ ਜੀ ਹੈ? ਇਹਨੇ ਕਦੋਂ ਬੁੱਕ ਕੀਤਾ? ਨਹੀਂ ਭਾਈ, ਅਸੀਂ ਤਾਂ ਕੋਈ ਪਾਰਟੀ ਅਰੇਂਜ ਨਹੀਂ ਕਰਦੇ ਜੀ, ਲੱਗਦਾ ਗਲਤ ਨੰਬਰ ਮਿਲਾ ਲਿਆ। ਚਲੋ ਭਾਜੀ, ਓਕੇ ਭਾਈ ਜੀ। ਬਕਵਾਸ ਨਾ ਕਰ, ਜਿਹੜੀ ਗੱਲ ਮੈਂ ਤੈਨੂੰ ਪੁੱਛਦਾ ਉਹ ਦੱਸ। ਬਾਏ ਭਾਈ। ਹੁਣ ਦੇਖਿਓ, ਆਪ ਕਾਲ ਆਏਗੀ। ਆ ਗਈ। ਹੈਲੋ ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਫੋਨ ਕਾਹਤੇ ਕੱਟਿਆ? ਨਹੀਂ ਨਹੀਂ ਭਾਜੀ, ਗਲਤ ਨੰਬਰ ਮਿਲਾ ਲਿਆ, ਰੋਂਗ ਨੰਬਰ ਲੱਗਦਾ। ਉਹ ਉਹਨੇ ਤਾਂ ਇਸੇ ਨੰਬਰ ਤੇ ਮੈਂ ਗੱਲ ਕਰਕੇ ਅੜਿਆ, ਤੂੰ ਸਿੱਧਾ ਹੋ ਕੇ ਦੱਸ ਤੂੰ ਨਾ ਲੱਗਾ ਮੇਰਾ। ਆਪਨੇ ਜੋ ਨੰਬਰ ਡਾਇਲ ਕੀਆ ਹੈ ਇਹ ਗਲਤ ਹੈ, ਕਿਰਪਾ 10-12 ਸਾਲ ਬਾਅਦ ਕਾਲ ਕੀਜੀਏ। ਚਿੱਤਰਬਾਨ ਹੈ ਤੂੰ, ਮੈਨੂੰ ਛੇਤੀ ਛੇਤੀ ਦੱਸ ਤੂੰ ਬੋਲਦਾ ਕਿੱਥੋਂ ਆ? ਹਮੇ ਵਿਦਿਆ ਪੜਾਈ ਕੀ ਕਸਮ ਲਗੀ, ਆਪਨੇ ਜੋ ਨੰਬਰ ਡਾਇਲ ਕੀਆ ਹੈ ਇਹ ਗਲਤ ਹੈ। ਲੋਕਾਂ ਦੇ ਘਰ ਪਟਵਾ ਰਹੇ ਹੋ ਤੁਸੀਂ? ਸ਼ਮਾ ਕਰੇ, ਹਮਨੇ ਤੋ ਕਭੀ ਖੇਤ ਸੇ ਕਰਨਾ ਨਹੀਂ ਪਟਿਆ। ਜੀਜੇ ਨੂੰ ਨਾਲ ਲੈ ਕੇ ਗਏ ਨਾ, ਮੈਂ ਥਾਣੇ ਨੰਬਰ ਦੇ ਦਾਂਗਾ। ਕਿ ਸ਼੍ਰੀਮਾਨ ਜੀ ਬਾਤ ਸੁਣੇ, ਸ਼੍ਰੀਮਾਨ ਜੀ ਬਾਤ ਸੁਣੇ, ਅਰੇ ਸ਼੍ਰੀਮਾਨ ਜੀ ਬਾਤ ਸੁਣੇ, ਸ਼੍ਰੀਮਾਨ ਜੀ ਬਾਤ ਸੁਣੇ, ਸ਼੍ਰੀਮਾਨ ਜੀ ਬਾਤ ਸੁਣੇ। ਆ ਕੀ ਹੈ ਭਾਈ? ਭਾਜੀ ਮੈਂ ਮਜ਼ਾਕ ਕਰ ਰਿਹਾ ਸੀਗਾ, ਪਕ ਪਕ ਦੀਪਕ ਬੋਲ ਰਿਹਾ, ਰੇਡੀਓ ਮਿਰਜੀ ਤੋਂ ਕੋਈ ਪਾਰਟੀ ਅਰੇਂਜ ਨਹੀਂ ਕਰ ਰਿਹਾ ਭਾਜੀ। ਹੁਣ ਕੁਕੜੂ ਕੁੜੂ ਤਾਂ ਕਹਿ ਦੋ। ਲਓ ਮਹਾਰਾਜ ਕੁਕੜੂ ਕੁੜੂ। ਤੇ ਫਿਰ ਪਾਰਟੀ ਤੇ ਤੁਸੀਂ ਆ ਰਹੇ ਹੋ ਕਿ ਨਹੀਂ? ਮੈਂ ਪਹਿਲਾਂ ਪਾਰਟੀ ਤੇ ਨਹੀਂ ਜਾਂਦਾ, ਪਹਿਲਾਂ ਮੈਂ ਹੁਣ ਜੀਜੇ ਨੂੰ ਫੋਨ ਕਰਦਾ। ਟੇਸਟ ਆਫ ਮਿਰਚੀ ਮੁਰਗਾ ਵਿਦ ਪਕ ਪਕ ਦੀਪਕ, ਲੌਗ ਆਨ ਟੂ www.radiomirchi.com/jalandhar।